राम दुहाई
Be good.
Such a bell. Pour se pe sangue tão
ਨਾਲ ਨਹੀਂ ਭੱਜਿਆ ਰਹਿਣਾ ਚਾਹੁੰਦਾ ਆਪ ਸਾਹਮਣੇ ਦਿਸਦਾ ਭਾਈ ਨੰਦ ਲਾਲ ਸਾਹਿਬ ਨੇ ਵੀ ਬੜੀ ਸੋਹਣੀ ਗੱਲ
ਲਾਲਾ ਕੀ ਕਹਿਣ ਲੱਗੇ, ਆਗੇ ਸਮਝ ਚੱਲੋ ਨੰਦ ਲਾਲਾ। ਜਪ ਜਾਣੇ ਆ ਆਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਸਿੱਖ ਹੈ ਵਿਦਿਆਰਥੀ ਹੈ, ਇਹਦੇ ਲਈ ਇਸ ਵਿਦਿਆਰਥੀ ਲਈ ਕੋਈ 10-20-30 ਸਾਲ ਦੀ ਲਿਮਿਟ ਨਹੀਂ। ਇੰਨੀ ਉਮਰ ਵਿੱਚ ਡਿਗਰੀ ਕਰ ਲਵੇ ਬਸ, ਇਹ ਤਾਂ 72 ਸਾਲ ਦੀ ਉਮਰ ਵੀ ਡਿਗਰੀ ਕਰ ਸਕਦਾ, ਕੁਝ ਪੜ੍ਹ ਸਕਦਾ, ਕੁਝ ਸਿੱਖ ਸਕਦਾ। ਸਾਰੀ ਜ਼ਿੰਦਗੀ ਸਿੱਖ ਲੈ, ਤਾਂ ਹੀ ਤਾਂ ਸਿੱਖ ਹੈ। ਜਿਸ ਦਿਨ ਇਹਨੇ ਵਿਦਿਆਰਥੀਪਣ ਛੱਡ ਦਿੱਤਾ, ਉਸ ਦਿਨ ਸਿੱਖ ਨਹੀਂ ਰਿਹਾ। ਸਿੱਖ ਤਾਂ ਵਿਦਿਆਰਥੀ, ਇਸ ਲਈ ਲਫਜ਼ ਅਬ ਵਰਤਿਆ, ਬੀਤੇ ਦਾ ਨਹੀਂ। ਸ਼ਕਲ ਬਦਲ ਜਾਂਦੀ, ਰਾਮ ਨਾਲ ਇੱਕ ਹੋਇਆ ਤਾਂ ਲੋਕੀ ਰਾਮ ਦਾ ਵੀ ਅੰਦਾਜ਼ਾ ਲਾ ਲੈਂਦੇ ਵੀ ਉਹਦੀ ਇੰਨੀ ਕੁ ਉਮਰ ਹੈ, ਇੰਨੀ ਕੁ ਲੰਬਾਈ ਹੈ, ਇਹੋ ਜਿਹਾ ਰੰਗ ਹੈ। ਕਬੀਰ ਜਦੋਂ ਬਦਲਿਆ ਇਹੋ ਜਿਹਾ ਹੋ ਗਿਆ। ਲੋਕ ਰੱਬ ਦਾ ਕਿਆਫਾ ਲਾਉਣ ਲੱਗ ਪੈਂਦੇ। ਖਿਆਲ ਕਰਿਓ ਇਸ ਗੱਲ ਵਿੱਚ ਬੜੀ ਗੂਭ ਸੂਝ ਦੀ ਲੋੜ ਹੈ ਕਿ ਇਹ ਲਫ਼ਜ਼ ਕਿਵੇਂ ਬਾਬਾ ਕਬੀਰ ਨੇ ਆਖ ਦਿੱਤੇ। ਇਹਦੇ ਵਿੱਚ ਹਾਂ ਨਹੀਂ, ਦੂਜਾ ਪੱਖ ਹੁੰਦਾ ਇਹ ਵੀ ਕਬੀਰ ਨੂੰ ਹਾਂ ਨਹੀਂ ਆਈ ਕਿ ਵੀ ਮੈਂ ਤਾਂ ਰਾਮ ਬਣ ਗਿਆ, ਅਤੇ ਨਾ ਉਹਦਾ ਸਰੀਰ
ਤਨ ਰੰਗ ਅੱਜ ਬਦਲੀ ਗਏ। ਰੱਬ ਕੋਈ ਸ਼ਕਲ ਨਹੀਂ, ਰੱਬ ਕੋਈ ਆਕਾਰ ਨਹੀਂ, ਪਰ ਉਸ ਪੜ੍ਹਨੇ ਰੂਪ ਨਾ ਰੇਖ ਨਾ ਰੰਗ ਕਿਛ, ਨਾ ਹੁੰਦਾ ਕੋਈ ਰੂਪ ਰੇਖਾ ਲਿਮਟ ਲਕੀਰ ਰੰਗ ਕੁਝ ਵੀ ਤ੍ਰੈ ਗੁਣ ਤੇ ਪ੍ਰਭ ਭਿੰਨ ਸਿਧਾਂਤ ਹੈ। ਉਹਦਾ ਰੂਪ ਰੰਗ ਵੱਖ ਨਹੀਂ, ਉਹਦਾ ਆਕਾਰ ਵੱਖ ਨਹੀਂ, ਬਾਬਾ ਕਬੀਰ ਨੇ ਵੀ ਆਪਣਾ ਸਭ ਕੁਛ ਗਵਾ ਦਿੱਤਾ, ਉਹ ਵੀ ਕਹਿੰਦਾ ਮੈਂ ਕੁਛ ਨਹੀਂ, ਤੇ ਦੋਨੋਂ ਜਦੋਂ ਕੁਛ ਨਹੀਂ ਰਹੇ ਉਹ ਤੇ ਪਹਿਲੇ ਕੁਝ ਨਹੀਂ, ਵੱਖਰਾ ਵੱਖਰਾ ਪਣ ਦਾ ਹੈ ਹੀ ਨਹੀਂ, ਹੁਣ ਉਹ ਇੱਕ ਕਿਵੇਂ ਹੋਏ ਨੇ? ਸੁਭਾਅ ਜਦੋਂ ਕਬੀਰ ਦਾ ਸੁਭਾਅ ਰੱਬ ਨਾਲ ਮਿਲ ਜਾਏ, ਆਦਤਾਂ ਮਿਲ ਜਾਣ, ਦੁਨੀਆਂ ਦਾ ਕੋਈ ਮਨੁੱਖ ਵੀ ਜਿਹਨੂੰ ਅਸੀਂ ਆਖਦੇ ਹਾਂ ਰੱਬ ਨੂੰ ਮਿਲਿਆ ਹੋਇਆ, ਉਹ ਆਦਤਾਂ ਕਰਕੇ ਹੀ ਮਿਲ ਸਕਦਾ।
ਸੁਭਾਅ ਕਰਕੇ ਮਿਲ ਸਕਦਾ। ਜਿਹੜਾ ਅਸੀਂ ਆਪਣੇ ਆਪ ਨੂੰ ਬਦਲਣਾ ਨਾ, ਉਹ ਸੁਭਾਅ ਆਦਤਾਂ ਕਰਕੇ ਬਦਲ। ਹੁਣ ਰੱਬ ਦਾ ਸੁਭਾਅ ਨਿਰਭਉ ਹੈ, ਕਬੀਰ ਵੀ ਨਿਰਭਉ ਹੋ ਗਿਆ। ਕਬੀਰ ਵੀ ਹੋ ਗਿਆ ਜੇ ਪ੍ਰਭੂ ਕੋਈ ਫੈਸਲਾ ਕਰਨ ਲੱਗਿਆਂ ਲੋਕਾਂ ਦੇ ਮੁਹਤਾਜ ਨਹੀਂ। ਗੁਰਬਾਣੀ ਪੜ੍ਹ ਲਓ, ਸੋ ਕਰੇ ਪਰਬਤ ਪੜ੍ਹਨੇ, ਸੋ ਕਰੇ ਜੇ ਕਿਸੇ ਰਜਾਏ। ਉਹਨੇ ਕਦੇ ਮੇਰੇ ਕੋਲੋਂ ਅਕਲ ਵੀ ਪੁੱਛਿਆ ਤੇਰੀ ਕੀ ਰਜਾਏ, ਮੈਂ ਕਰਾਂ ਕਿ ਨਾ ਕਰਾਂ। ਉਹਨੇ ਕਦੀ ਤੇਰੇ ਕੋਲ ਵੀ ਆ ਕੇ ਨਹੀਂ ਪੁੱਛਿਆ ਤੇਰੀ ਕੀ ਰਜਾ, ਮੈਂ ਕਰਾਂ ਕਿ ਨਾ ਕਰਾਂ। ਕਈ ਵਾਰੀ ਸਾਨੂੰ ਪਸੰਦ ਨਹੀਂ ਹੁੰਦਾ, ਉਹ ਫਿਰ ਵੀ ਕਰ ਜਾਂਦਾ। ਸੁਭਾਅ ਹੁੰਦਾ ਅੰਗਿਰ ਪਾਉਂਦਾ, ਮਨ ਮਰਜ਼ੀ ਦਾ ਮਾਲਕ। ਸੁਭਾਅ ਤੇ ਬਦਲਣਾ ਹੈ। ਮਨੁੱਖ ਤਾਂ ਸੋਚੀ ਪਿਆ ਹੋਇਆ ਕਿਤੇ ਮੈਂ ਆਹ ਕਰ ਦਿੱਤਾ ਨਾ ਨਾਰਾਜ਼ ਹੋ ਜਾ, ਆਹ ਕਰ ਦਿੱਤਾ ਨਾ ਨਾਰਾਜ਼ ਹੋ ਗਿਆ। ਉਹਦੇ ਨਾਲ ਮੇਲ ਕਿਵੇਂ ਹੋ? ਕੁਦਰਤੀ ਇਹ ਦੋ ਸ਼ਬਦ ਆਉਣ ਵਾਲੇ ਹਫ਼ਤੇ ਦੇ ਵੀ ਬੜੇ ਮੇਲ ਖਾਂਦੇ ਨੇ ਇੱਕੋ ਥਾਂ ਤੇ। ਬਾਬਾ ਕਬੀਰ ਜੀ ਨੇ ਬਾਰ ਬਾਰ ਇਸ ਗੱਲ ਨੂੰ ਦੁਹਰਾਇਆ ਤੇ ਕਹਿੰਦੇ ਨੇ ਲੋਕ ਜਿਹੜੇ ਨੇ, ਸੰਸਾਰ ਦੇ ਲੋਕ ਜਿਹੜੇ ਨੇ, ਉਹ ਮੈਨੂੰ ਬਾਬਰਾ ਆਖਦੇ ਨੇ ਕਿਉਂਕਿ ਮੈਂ ਉਹਨਾਂ ਦੀ ਮਰਜ਼ੀ ਦਾ ਨਹੀਂ। ਦੁਨੀਆ ਦੇ ਲੋਕ ਮੈਨੂੰ ਵਿਗੜਿਆ ਹੋਇਆ ਆਖਦੇ ਨੇ, ਪਾਗਲ ਆਖਦੇ ਨੇ। ਗੁਰੂ ਨਾਨਕ ਨੂੰ ਵੀ ਆਖਿਆ, ਆਪਾਂ ਬਾਣੀ ਵਿੱਚ ਪੜ੍ਹਨੇ, ਕੋਈ ਆਖੇ ਭੂਤ ਨਾ ਤੇ ਬਿਠਾਉਣ ਲਈ ਬਾਣੀ ਦੀ ਜੋਤ ਹਿਰਦੇ ਵਿੱਚ ਟਿਕਾਉਣ ਲਈ ਕਿਸੇ ਦੀ ਚੋਣ ਕਰਨੀ ਸੀ। ਆਖਿਰ ਗੁਰੂ ਕੇ ਦਰਬਾਰ ਵਿੱਚ ਸੰਗਤ ਆਉਂਦੀ ਸੀ, ਚੋਣ ਕਰਨੀ ਸੀ।
ਉਹਨੇ ਕਿਸੇ ਕੋਲ ਨਹੀਂ ਪੁੱਛਿਆ, ਮਹਿਕਸ ਕੀਤੀ ਸੀ ਉਹਨੇ ਕਿਸੇ ਕੋਲੋਂ ਨਹੀਂ ਪੁੱਛਿਆ ਤੁਹਾਨੂੰ ਕਿਹੋ ਜਿਹਾ ਗੁਰੂ ਚਾਹੀਦਾ। ਕਿਸੇ ਕੋਲ ਪੁੱਛਿਆ ਹੀ ਨਹੀਂ ਤੁਹਾਨੂੰ ਕਿਹੋ ਜਿਹਾ ਗੁਰੂ ਚਾਹੀਦਾ। ਆਪਣਾ ਹੀ ਫੈਸਲਾ, ਹਾਂ ਫੈਸਲਾ ਗੁਰਮਤ ਦੇ ਅਨੁਕੂਲ ਹੋਣਾ ਚਾਹੀਦਾ। ਉਹ ਫੈਸਲਾ ਕਰਨ ਦਾ ਅਧਿਕਾਰ ਉਦੋਂ ਹੀ ਮਿਲਦਾ ਜਦੋਂ ਤੁਸੀਂ ਆਪਣਾ ਫੈਸਲਾ ਗੁਆਉਂਦੇ ਹੋ। ਇਹ ਨਾ ਆਖੋ ਇਹ ਫੈਸਲਾ ਮੇਰਾ, ਇਹ ਆਖੋ ਇਹ ਫੈਸਲਾ ਗੁਰੂ ਦਾ। ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਿਦਕ ਤੇ ਵਿਸ਼ਵਾਸ, ਕਿਹੜੀ ਅਜੀਬ ਗੱਲ ਹੈ। ਗੁਰੂ ਨਾਨਕ ਔਰ ਸ੍ਰੀ ਚੰਦ ਲਖਮੀ ਦਾਸ ਸਾਹਿਬ ਜੇ ਲੋਕਾਂ ਕੋਲੋਂ ਪੁੱਛਦਾ ਗੁਰੂ ਨਾਨਕ ਮੈਂ ਕਿਹਨੂੰ ਗੱਦੀ ਦਿਆਂ, ਤੇ ਲੋਕ ਉਹਨਾਂ ਵਿੱਚੋਂ ਹੀ ਚੋਣ ਕਰਦੇ, ਉਹਨਾਂ ਵਿੱਚੋਂ ਹੀ ਚੋਣ ਕਰਦੇ। ਪਰ ਮੈਂ ਗੁਰੂ ਨਾਨਕ ਨੇ ਨਹੀਂ ਪੁੱਛਿਆ, ਹਾਲਾਂਕਿ ਲੋਕਾਂ ਦੀ ਮਰਜ਼ੀ ਦਾ ਮਸਲਾ ਹੁੰਦਾ ਤੇ ਲੋਕ ਉਲੰਭਾਈ ਦਿੰਦੇ ਰਹਿ ਗਏ ਸਾਡੇ ਕੋਲੋਂ ਪੁੱਛਿਆ ਹੀ ਨਹੀਂ। ਜ਼ਰੂਰੀ ਨਹੀਂ ਕਿ ਗੁਰੂ ਨਾਨਕ ਦਾ ਫੈਸਲਾ ਲੋਕਾਂ ਨੂੰ ਪ੍ਰਵਾਨ ਹੋਵੇ। ਗੁਰੂ ਨਾਨਕ ਇੱਕ ਗੱਲ ਬਾਰ ਬਾਰ ਕਹਿ ਰਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੇ ਮੇਰਾ ਕੁਛ ਨਹੀਂ ਚਾਹੀਦਾ, ਮੇਰਾ ਆਪਣਾ ਕੋਈ ਫੈਸਲਾ ਹੈ। ਅੱਜ ਮੈਂ ਵੀ ਇੱਕ ਅਰਜ਼ ਕਰਾਂ ਬਾਰ ਬਾਰ ਦੁਹਰਾਉਣਾ ਕਿ ਜਿਸ ਦਿਨ ਦਰਸ਼ਨ ਸਿੰਘ ਦਾ ਕੋਈ ਫੈਸਲਾ ਹੋਵੇ ਬੇਸ਼ੱਕ ਨਾ ਮੰਨਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੱਚ ਝੂਠ ਤੇ ਪਛਾਣ ਲਓ। ਬਾਣੀ ਨੂੰ ਇੱਕ ਪਾਸੇ ਰੱਖ ਦਿੱਤਾ ਕਿ ਜਿਹੜਾ ਮਰਜ਼ੀ ਨਕਲ ਕਰਕੇ ਬਾਣੀ ਦੀ ਜੋ ਮਰਜ਼ੀ ਇੱਥੇ ਲੈ ਆਵੇ ਸਾਨੂੰ ਪ੍ਰਵਾਹ। ਸ੍ਰੀ ਚੰਦ ਦੀ ਗੱਲ ਹੀ ਲੈ ਲਓ, ਅਸੀਂ ਪਾਤੀ ਸਾਥੀਆਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਬਾਰ ਬਾਰ ਆਖ ਰਹੇ ਹੁਣ ਪੁੱਤਰੀ ਕੌਲ ਨਾ ਪਾ ਲਿਓ ਤਾਂ ਪੀਰੋਂ ਕੰਨ ਮਰੁੱਟੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਇਹ ਗੱਲ ਆਖ ਰਹੇ ਹੁਣ ਦਿਲ ਖੋਟੇ ਆਕੀ ਫਿਰ ਦਿਲ ਦੇ ਖੋਟੇ। ਪਰ ਅਸੀਂ ਸਾਖੀਆਂ ਵਿੱਚ ਪਾ ਦਿੱਤਾ ਕਿ ਸੁਖਮਣੀ ਸਾਹਿਬ ਦਾ 16ਵਾਂ ਸਲੋਕ ਜਿਹੜਾ ਉਹ ਵੀ ਗੁਰੂ ਅਰਜਨ ਪਾਤਸ਼ਾਹ ਜੀ ਕੋਲੋਂ ਪੂਰਾ ਨਹੀਂ ਸੀ ਹੋਇਆ। 16ਵਾਂ ਸਲੋਕ ਗੁਰੂ ਅਰਜਨ ਪਾਤਸ਼ਾਹ ਜੀ ਪੂਰਾ ਨਹੀਂ ਸਨ ਕਰ ਸਕੇ। ਬੜੇ ਸੋਚੀ ਪਾਏ ਹੋਏ ਸਨ ਬਾਬਾ ਸ੍ਰੀ ਚੰਦ ਆ ਗਏ, ਕਹਿਣ ਲੱਗੇ ਬੜੇ ਉਦਾਸ, ਕਹਿਣ ਲੱਗੇ ਜੀ ਇੱਕ ਸਲੋਕ ਨਹੀਂ ਪੂਰਾ ਹੋ ਰਿਹਾ, ਤੁਸੀਂ ਕਰ ਦਿਓ। ਤੇ ਉਹ ਸਲੋਕ ਜਿਹੜਾ ਹੈ ਬਾਬਾ ਸ੍ਰੀ ਚੰਦ ਭਰਿਓ, ਗੁਰਬਾਣੀ ਤੇ ਸ਼ੰਕਾ ਨਾ ਕਰੋ, ਗੁਰੂ ਦਾ ਨਿਯਮ ਹੈ ਜਿੰਦੀ ਬਾਣੀ ਹੈ ਉਹਦਾ ਨਾਮ ਜ਼ਰੂਰ ਹੈ ਉੱਤੇ, ਜਿੰਦੀ ਕੋਈ ਰਚਨਾ ਇੱਕ ਸਲੋਕ ਵੀ ਹੈ।
ਉਹਦੇ ਉੱਤੇ ਉਹਦਾ ਹੈਡਿੰਗ ਦਿੱਤਾ ਹੈ, ਨਾਮ ਦਿੱਤਾ ਗੁਰਬਾਣੀ ਦਾ ਲਿਖਿਆ ਹੋਇਆ। ਗੁਰੂ ਝੂਠ ਨਹੀਂ ਨਾ ਬੋਲਦਾ, ਗੁਰੂ ਧੋਖਾ ਨਹੀਂ ਨਾ ਕਰਦਾ, ਨਹੀਂ ਤਾਂ ਨਾਨਕ ਨਾਮ ਥੱਲੇ ਧੋਖਾ ਕਰਨ ਵਾਲੇ। ਪ੍ਰਿਥੀ ਚੰਦ ਨੇ ਵੀ ਬੜੀਆਂ ਰਚਨਾਵਾਂ ਵਰਤਣ ਵਰਤੀਆਂ ਜਿੰਦ ਵਿੱਚ ਨਾਨਕ ਦਾ ਨਾਮ ਵਰਤਿਆ। ਕੱਲ੍ਹ ਸਵੇਰ ਦੇ ਪ੍ਰਕਰਨ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕੁਛ ਅਗਲਾ ਹੀ ਸਭ। ਨਾਨਕ ਸ਼ਬਦ ਵੀ ਵਰਤ ਲਿਆ ਧੋਖਾ ਹੋਵੇ ਕੌਣ ਨਾਲ। ਹੁਣ ਇੱਥੇ ਜੇ ਸਲੋਕ ਸ੍ਰੀ ਚੰਦ ਦਾ ਹੁੰਦਾ ਤੇ ਸਲੋਕ ਉੱਤੇ ਗੁਰੂ ਅਰਜਨ ਪਾਤਸ਼ਾਹ ਇਹ ਅਨਿਆਏ ਕਰ ਸਕਦੇ ਸਨ ਵੀ ਸ੍ਰੀ ਚੰਦ ਦਾ ਨਾਂ ਨਾ ਲਿਖਦੇ? ਜੇ ਕਬੀਰ ਦਾ ਲਿਖ ਸਕਦੇ ਨੇ, ਜੇ ਫਰੀਦ ਦਾ ਲਿਖ ਸਕਦੇ ਨੇ, ਜੇ ਨਾਮਦੇਵ ਦਾ ਲਿਖ ਸਕਦੇ, ਤਾਂ ਸ੍ਰੀ ਚੰਦ ਦਾ ਨਾਮ ਕਿਉਂ ਨਾ ਲਿਖਿਆ? ਅੱਜ ਵੀ ਹੋ ਰਿਹਾ। ਅਸੀਂ ਮੈਂ ਅਰਦਾਸ ਦੀ ਗੱਲ ਚੱਲ ਪਈ ਹੈ, ਸਾਨੂੰ ਮਜਬੂਰ ਹੈ। ਮੈਂ ਤਾਂ ਸੰਗਤ ਦੇ ਸਾਹਮਣੇ ਅਸੀਂ ਉਹ ਬੇਨਤੀ ਦਾ ਮੇਰਾ ਆਪਣੇ ਕੋਈ ਫੈਸਲਾ, ਗੁਰਬਾਣੀ ਦੇ ਅਨੁਕੂਲ ਜਿਹੜੇ ਫੈਸਲੇ ਨੇ ਉਹ ਤਾਂ ਅਸੀਂ ਮੇਰੇ ਨੇ, ਗੁਰਬਾਣੀ ਦੇ ਸ਼ਬਦ ਅਰਜ਼ ਕੀਤੀ ਸੀ। ਹੁਣ ਸਾਡੇ ਨਾਲ ਕਿਵੇਂ ਧੋਖਾ? ਸਦੀਆਂ ਤੋਂ ਪਹਿਲਾਂ ਤਾਂ ਗੁਰੂ ਨਾਨਕ ਤੋਂ ਵੀ ਪਹਿਲਾਂ ਦੇਵੀ ਦੁਰਗਾ ਨੂੰ ਧਿਆਉਣ ਦੀ ਪ੍ਰਥਮ ਭਗਵਤੀ ਸ਼ੁਰੂ ਕਰ ਲਈ। ਅਰਦਾਸ ਇੱਕ ਉਹ ਚੀਜ਼ ਸੀ ਜਿਹੜੀ ਸਿੱਖ ਨੇ ਦਿਹਾੜੀ ਵਿੱਚ ਜਿੰਨੀ ਵਾਰ ਵੀ ਦੁੱਖ ਸੁੱਖ ਵੇਲੇ ਕਰਨੀ ਹੈ ਅਰਦਾਸ ਕਰ, ਉਹਦੇ ਵਿੱਚ ਉਹ ਚੀਜ਼ ਪਾ ਦਿਓ ਕਿ ਇਹਦੇ ਅੰਦਰ ਸੰਸਕਾਰ ਬਣ ਗਿਆ। ਤੇ ਅਖੀਰ ਤੇ ਵੀ ਅਜੀਬ ਗੱਲ ਹੈ, ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਛ ਨਹੀਂ ਮਿਲਦਾ? 1400 ਇੰਨਾ ਵੱਡਾ ਖਜ਼ਾਨਾ, ਇਹਦੇ ਵਿੱਚ ਕੋਈ ਥੋੜ੍ਹਾ ਕਿ ਤੁਹਾਨੂੰ ਨਾਨਕ ਸ਼ਬਦ ਪਾ ਕੇ ਇੱਕ ਜਾਲੀ ਤੁਕ ਬਣਾ ਕੇ ਤੁਸੀਂ ਵਿੱਚ ਪਾਓ? ਲੋਕ ਵਿਚਾਰੇ ਭੋਲੇ ਨੇ, ਸੰਸਕਾਰ ਬਣ ਜਾਂਦੇ। ਮੈਂ ਅਰਜ਼ ਕੀਤੀ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਗੁਰਬਾਣੀ ਦੇ ਤੁਕ ਨੇ ਪਰ ਮੇਰੇ ਨਾਲ ਵਾਪਰੀਆਂ ਜੀ, ਮੈਂ ਤੁਹਾਡੇ ਲਈ ਸਾਂਝੀ ਗੱਲ ਕਰਨਾ ਚਾਹੁੰਦਾ। ਅੱਜ ਤੋਂ 50 ਸਾਲ ਪੁਰਾਣੀ ਗੱਲ ਹੈ, ਬੜਾ ਸਧਾਰਨ ਸਰ, ਮੈਂ ਵੀ ਤਾਂ ਇੱਕ ਸਧਾਰਨ ਕੀਤੀ ਸੀ। ਖੋਜਣ ਦੇ ਸਾਧਨ ਤਾਂ ਹੁਣ ਆ ਕੰਪਿਊਟਰ ਆਉਣ ਨਾਲ ਬਣੇ, ਇਹ ਸਾਧਨ ਨਹੀਂ ਸੀ। ਦਾਸ ਦਿੱਲੀ ਮਾਡਲ ਟਾਊਨ ਖੋਰੇ ਇੱਥੇ ਵੀਰ ਬੈਠੇ ਨੇ, ਕੋਈ ਜਾਣਦੇ ਨਹੀਂ ਹੋ, ਦਾਸ ਨੇ ਕੀਰਤਨ ਕਰਨਾ ਸੀ। 50 ਸਾਲ ਪੁਰਾਣੀ ਗੱਲ ਹੈ। ਉੱਥੋਂ ਦੇ ਪ੍ਰੈਜੀਡੈਂਟ ਹੁਣ ਤਾਂ ਗੁਜ਼ਰ ਗਏ ਪਰ ਬਜ਼ੁਰਗਾਂ ਨੂੰ ਕਈ ਜਾਣਦੇ ਹੋਣ, ਜਸਦਾਰ ਮਹਿਤਾਬ ਸਿੰਘ ਕਰਕੇ ਸਨ, ਅੱਜ ਵੀ ਪੁੱਛ ਸਕਦੇ ਹੋ। ਸਰਦਾਰ ਮਹਿਤਾਬ ਸਿੰਘ ਮਾਡਲ ਟਾਊਨ ਦਿੱਲੀ ਦੇ ਪ੍ਰੈਜੀਡੈਂਟ ਸਨ, ਸਥਾਨ ਦੇ ਬੜੇ ਗੁਰਮਤ ਦੇ ਗੂੜ, ਗੁਰਬਾਣੀ ਨੂੰ ਬੜੀ ਚੰਗੀ ਤਰ੍ਹਾਂ ਪਛਾਣਨ ਵਾਲੇ। ਦਾਸ ਕੀਰਤਨ ਕਰ ਰਿਹਾ ਸੀ ਤੇ ਕਰਦਿਆਂ ਕਰਦਿਆਂ ਧੁੱਪ ਆਈ ਪ੍ਰਮਾਣ ਵਿੱਚ, ਆਪੇ ਪੱਟੀ ਕਲਮ ਆਪ ਉੱਪਰ ਲੇਖ ਵੇ ਤੂੰ, ਇੱਕੋ ਕਹੀ ਹੈ ਨਾਨਕਾ ਦੂਜਾ ਕਹੇ ਤੂੰ, ਤੇ ਉਹਦੇ ਨਾਲ ਜੁੜਵੀਂ ਤੁਕ ਇੱਕ ਬਣਾਵਟੀ ਬਣਾ ਕੇ ਨਾਨਕ ਸਰ ਵਾਲੇ ਵਰਤਦੇ ਨੇ ਆਪਣੀ ਰਹਿਰਾਸ ਵਿੱਚ, ਉਹ ਬਿਲਕੁਲ ਨਾਲ ਜੋੜ ਕੇ ਵਰਤਦੇ ਨੇ। ਉਹ ਹੈ ਆਪੇ ਪੱਟੀ ਕਲਮ ਆਪ ਉੱਪਰ ਲੇਖ ਵੇ ਤੂੰ, ਇੱਕੋ ਕਹੀ ਹੈ ਨਾਨਕਾ ਦੂਜਾ ਕਾਹੇ ਤੂੰ, ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ, ਇੱਕੋ ਸਿਮਰੋ ਨਾਨਕਾ, ਨਾਨਕਾ ਲਫਜ਼ ਵੀ ਹੈ। ਜਲ ਚੜ ਰਿਹਾ ਸੀ ਮੈਂ, ਅਸੀਂ ਨਾਨਕਾ ਲਫਜ਼ ਪੜ੍ਹਦੇ ਅਤੇ ਰਹਿਰਾਸ ਵਿੱਚ ਸੁਣਦੇ ਆ। ਮੈਂ ਪ੍ਰਮਾਣ ਦਿੱਤਾ, ਜਦੋਂ ਪ੍ਰਮਾਣ ਦਿੱਤਾ ਤਾਂ ਬਾਬਾ ਮਹਿਤਾਬ ਸਿੰਘ ਬੜੇ ਖੁਲਾਸੇ ਸੁਭਾਅ ਦੇ ਸਨ, ਨਾਲ ਸਟੇਜ ਦੇ ਬੈਠੇ ਸਨ।
ਮੈਨੂੰ ਇਸ ਤਰ੍ਹਾਂ ਹੱਥ ਪੈਟੇ, ਕਹਿੰਦੇ ਭਾਈ ਸਾਹਿਬ ਗੁਰਬਾਣੀ ਤੋਂ ਬਾਹਰ ਨਾ ਜਾਓ। ਮੈਨੂੰ ਵਿਸ਼ਵਾਸ ਸੀ ਕਿਉਂਕਿ ਰਹਿਰਾਸ ਵਿੱਚ ਸੁਣਦੇ ਪੜ੍ਹਦੇ ਆ ਰਿਹਾ ਸਾਂ। ਮੈਂ ਆਖਿਆ ਨਹੀਂ ਬਾਬਾ ਜੀ ਗੁਰਬਾਣੀ ਦੀ ਤੁੱਕ, ਕਹਿਣ ਲੱਗੇ ਨਹੀਂ ਗੁਰਬਾਣੀ ਦੀ ਮੈਂ ਜੋ ਆ ਕਰਿਆ ਨਹੀਂ ਬਾਣੀ। ਦੋ ਤਿੰਨ ਵਾਰ ਮੈਂ ਆਖਾਂ ਬਾਣੀ ਦੀ, ਉਹ ਕਹਿਣ ਨਹੀਂ ਬਾਣੀ। ਅਖੀਰ ਖੈਰ ਮੈਂ ਪੁੱਤ ਛੱਡੀ, ਕੀਰਤਨ ਹੋ ਗਏ, ਦਾਸ ਕਰ ਗਿਆ। ਉਦੋਂ ਆ ਕੰਪਿਊਟਰ ਸਿਸਟਮ ਨਹੀਂ ਸੀ, ਕੇਵਲ ਅਤੇ ਕੇਵਲ ਤੁਕ ਤਤਕਰਾ ਇੱਕ ਸਾਧਨ ਸੀ। ਉਹ ਤੁਕ ਤਤਕਰਾ ਆਮ ਮਿਲਦਾ ਸੀ, ਉਹਦਾ ਨਾਂ ਸੀ ਗ੍ਰੰਥ ਦਾ ਗੁਰਸ਼ਬਦ ਰਤਨ ਪ੍ਰਕਾਸ਼। ਕੋਈ ਸਾਧਨ ਸੀ, ਮੈਂ ਉਹ ਲੈ ਲਿਆ, ਕੱਢਿਆ, ਸਾਰੇ ਨੂੰ ਵਾਰ ਵਾਰ ਖੋਲਿਆ, ਉੱਥੇ ਤੁਕ ਨਾ ਮਿਲੇ। ਬਾਬਾ ਮਹਿਤਾਬ ਸਿੰਘ ਸੱਚਾ ਸੀ। ਜਦੋਂ ਮੈਂ ਦੋ ਤਿੰਨ ਵਾਰ ਦੇਖਿਆ ਉਹਦੇ 'ਚ ਤੁੱਕ ਨਹੀਂ ਸੀ, ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਵੀ ਮੈਂ ਗਲਤ ਸਾਂ, ਬਾਬਾ ਮਹਿਤਾਬ ਸਿੰਘ ਸੱਚਾ ਸੀ। ਪਰ ਮੈਂ ਤੁਹਾਡੇ ਨਾਲ ਸਾਂਝੀ ਕਿਉਂ ਕੀਤੀ ਹੈ, ਕਿਉਂਕਿ ਮੇਰੇ ਸੰਸਕਾਰ ਬਣ ਚੁੱਕੇ ਸਨ ਉਸ ਗਲਤ ਤੁੱਕ ਨੂੰ ਵੀ ਬਾਣੀ ਸਮਝਣ। ਅੱਜ ਸਾਡੇ ਨਾਲ ਉਹ ਹੀ ਹੋਈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬੜੇ ਗਲਤੇ ਮਾੜੀ ਨਹੀਂ, ਮੈਂ ਤਾਂ ਨਹੀਂ ਕਹਿੰਦਾ ਗੱਲ ਮਾੜੀ ਹੈ, ਪਰ ਜੇ ਸਾਨੂੰ ਗੁਰਬਾਣੀ ਵਿੱਚੋਂ ਇਹ ਸੰਸਕਾਰ ਮਿਲਦੇ ਹੁਣ ਅਸੀਂ ਬਾਹਰ ਕਿਉਂ ਪਾ ਲਈਏ। ਔਰ ਇੰਨੀ ਵਾਰ ਪੜ੍ਹੀ ਜਾ ਰਹੀ ਦੁਨੀਆਂ ਅੰਦਰ, ਹੁਣ ਤਾਂ ਕੀਰਤਨ ਵੀ ਹੋਣ ਲੱਗ ਪਿਆ। ਮੇਰੇ ਖਿਆਲ ਸਾਰੇ ਤੁਸੀਂ ਬੈਠੇ ਹੋ 90% ਸਿੱਖ ਹੋਵੇਗਾ ਜਿਹਨੂੰ ਇਹ ਪਤਾ ਹੀ ਨਹੀਂ ਵੀ ਇਹ ਗੁਰਬਾਣੀ ਦੀ ਤੁੱਕ ਨਹੀਂ, ਕਿਉਂਕਿ ਨਾਨਕ ਸ਼ਬਦ ਵੀ ਹੈ, ਹਰ ਕੋਈ ਸਮਝਦਾ ਵੀ ਇਹ ਗੁਰਬਾਣੀ ਦੀ ਤੁੱਕ ਹੈ, ਪਰ ਇਹ ਗੁਰਬਾਣੀ ਦੀ ਨਹੀਂ। ਸਾਡਾ ਦੁਖਾਂਤ ਕੀ, ਅਸੀਂ ਸੰਸਕਾਰ ਬਣਾ ਲੈਂਦੇ ਹਾਂ, ਜਦੋਂ ਸਾਡੇ ਅੰਦਰ ਘਰ ਕਰ ਜਾਂਦਾ ਫਿਰ ਸਾਨੂੰ ਛੱਡਣੇ ਔਖੇ ਹੋ ਜਾਂਦੇ, ਸਾਡੀ ਮਜਬੂਰੀ ਹੈ। ਮੈਂ ਦਾਸ ਨੇ ਇਸ ਅਰਜ਼ ਕੀਤੀ ਵੀ ਮੇਰੀ ਇੱਕ ਮਜਬੂਰੀ ਹੈ, ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੀ ਗੱਲ ਕਰਨਾ ਚਾਹੁੰਦਾ ਬਾਹਰੋਂ ਪੂਰੇ। ਇਸ ਲਈ ਅਸੀਂ ਅਰਦਾਸ ਦੀ ਅਖੀਰਲੀ ਤੁੱਕ ਵਿੱਚ ਵੀ ਇਹ ਲਫ਼ਜ਼ ਬਦਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤੁੱਕ ਪਾ ਦਿੱਤੀ। ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਇਸ ਲਈ ਸੰਗਤ ਜਿਹੜੀ ਇੱਥੇ ਬੈਠੀ ਹੈ ਇਹ ਨਾ ਉਡੀਕਦੀ ਰਹੇ ਵੀ ਨਾਨਕ ਨਾਮ ਕਿਉਂ ਨਹੀਂ ਆਇਆ, ਚੰਗੀ ਤਰ੍ਹਾਂ ਕਿਉਂ ਨਹੀਂ ਆਇਆ, ਇਸ ਤੋਂ ਬਿਨਾਂ ਅਸੀਂ ਸਮਾਪਤੀ, ਕਿਉਂਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ। ਬਾਹਰ ਤਾਂ ਜਾਈਏ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਜਣਾ ਹੋਵੇ। ਮੈਂ ਅਰਜ਼ ਕੀਤੀ ਸੀ ਇੱਕ ਗੱਲ ਖਿਆਲ ਕਰਿਓ ਕਿ ਗੁਰਮਤ ਵਿੱਚ ਰੱਬ ਨਾਲ ਇੱਕ ਹੋਣ ਦਾ ਜਿਹੜਾ ਬਾਬਾ ਕਬੀਰ ਜੀ ਨੇ ਜ਼ਿਕਰ ਕੀਤਾ ਉਹ ਸਰੀਰ ਕਰਕੇ ਨਹੀਂ, ਉਹ ਸੁਭਾਅ ਕਰਕੇ। ਰੱਬ ਦਾ ਸੁਭਾਅ ਨਿਰਭਉ ਨਿਰਭੈਤਾ ਨਾਲ ਕੰਮ ਕਰਦਾ, ਉਹ ਪ੍ਰਭੂ ਜਿਹੜਾ ਉਹ ਕਿਸੇ ਕੋਲੋਂ ਪੁੱਛ ਕੇ ਕੰਮ ਨਹੀਂ ਕਰਦਾ। ਮਨ ਸੋ ਕਰੇ ਜਿੱਤ ਸਿਰ ਜਾ। ਇਸ ਲਈ ਅਸੀਂ ਕਿਸੇ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਨਾ ਕਰੀਏ ਕਿ ਲੋਕਾਂ ਕੋਲੋਂ ਪੁੱਛ ਕੇ ਕਰੋ, ਦੱਸੋ ਜੇ ਗੁਰੂ ਨਾਨਕ ਨੇ ਗੁਰੂ ਅੰਗਦ ਸਾਹਿਬ ਦਾ ਫੈਸਲਾ ਦੁਨੀਆਂ ਕੋਲੋਂ ਪੁੱਛ ਕੇ ਕੀਤਾ। ਮੈਂ ਅਰਜ਼ ਕੀਤੀ ਸੀ ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਿ ਲੋਕ ਤਾਂ ਇਹ ਸਮਝਦੇ ਸਨ ਹੋਰ ਯੋਗ ਅੰਗ ਵਹਾਈਏ ਦੁਨਿਆਈ ਆਖੇ ਕਿ ਹੋਣ,
ਇਹਨਾਂ ਨੇ ਪੁੱਠੀ ਗੰਗਾ ਵਹਾ ਦਿੱਤੀ ਆਪਣੇ ਪੁੱਤਰਾਂ ਨੂੰ ਛੱਡ ਕੇ, ਇੱਕ ਕੱਲ ਦੇ ਆਏ ਹੋਏ ਸੇਵਾਦਾਰ ਨੂੰ ਸਿੰਘਾਸਨ ਦੇ ਦਿੱਤਾ। ਪਰ ਹੋਇਆ ਕਿ ਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਸਿੱਖਾਂ ਪੁੱਤਰਾਂ ਉੱਠ ਕੇ ਸਭ ਉਮਤ ਵੇਖੇ ਜੀ ਕਿਉਂ ਆਉਣਾ। ਗੁਰੂ ਕਰਦਾ ਹੀ ਫੈਸਲਾ, ਗੁਰੂ ਕਰਦਾ ਹੀ ਫੈਸਲਾ। ਗੁਰਮਤ ਵਿੱਚ ਪੁੱਛ ਪੁੱਛ ਕੇ ਨਹੀਂ, ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਕੇ, ਕਿਉਂਕਿ ਮੈਂ ਆਪਣੀ ਗੱਲ ਨਹੀਂ ਕਰ ਸਕਦਾ। ਬਾਬਾ ਕਬੀਰ ਵੀ ਆਪਣੀ ਗੱਲ ਨਹੀਂ ਕਰ ਰਿਹਾ, ਹੁੰਦਾ ਰਾਮ ਕਬੀਰਾ ਏਕ ਭੈ ਹੈ ਵਾਲੀ ਜਿਹੜੀ ਗੱਲ ਉਹਨੇ ਆਖੀ ਹੈ ਨਾ, ਸੰਤਨ ਸੰਗ ਕਬੀਰਾ ਵਿਗੜਿਓ ਸੋ ਕਬੀਰ ਰਾਮੇ ਹੋਏ ਨੂੰ ਵਰਿਓ, ਉਹ ਰਾਮ ਅਤੇ ਕਬੀਰ ਕਿਸੇ ਹਉਮੇ ਵਿੱਚ ਰਾਮ ਨਹੀਂ ਬਣਿਆ। ਉਹ ਕਹਿੰਦਾ ਮੈਂ ਮੇਰਾ ਹੁਣ ਆਪਣਾ ਕੁਝ ਵੀ ਨਹੀਂ ਰਿਹਾ, ਮੇਰਾ ਸੁਭਾਅ ਹੀ ਮੇਰੇ ਮਾਲਕ ਦਾ ਸੁਭਾਅ ਹੋ ਗਿਆ, ਮੇਰੇ ਫੈਸਲੇ ਹੀ ਮੇਰੇ ਮਾਲਕ ਦੇ ਫੈਸਲੇ। ਸੋਈ ਕਰਾਏ ਜੋ ਤੁਧ ਭਾਵੇ ਮੋਹ ਸਿਆਣਪ ਕਛੂ ਨਾ ਆਵੇ, ਮੇਰਾ ਆਪਣਾ ਕੋਈ ਫੈਸਲਾ ਨਹੀਂ, ਜੋ ਤੂੰ ਕਰੇ ਕਰਾਵੇਂ ਸੁਆਮੀ ਸਾ ਮਸਰਤ ਪ੍ਰਵਾਨ। ਇਹ ਗੱਲ ਲੋਕ ਨਹੀਂ ਪ੍ਰਵਾਨ ਕਰਦੇ, ਇਸੇ ਲਈ ਬਾਬਾ ਕਬੀਰ ਜੀ ਨੇ ਫੈਸਲਾ ਦੇ ਕੇ ਆਖਿਆ, ਉਹ ਰਾਮ ਦੀ ਦੁਹਾਈ ਜੇ ਰੱਬ ਦਾ ਵਾਸਤਾ ਜੇ ਮੈਂ ਵਿਗੜ ਗਿਆ, ਹੁਣ ਮੈਂ ਕਬੀਰ ਵੱਖਰਾ ਨਹੀਂ ਰਿਹਾ, ਰਾਮ ਦੀ ਦੁਹਾਈ ਜੇ ਰੱਬ ਦਾ ਵਾਸਤਾ। ਵਿਸ਼ਵਾਸ ਕਰੋ ਹੁਣ ਕਬੀਰ ਵੱਖਰਾ ਨਹੀਂ ਰਿਹਾ, ਜੋ ਮੇਰੇ ਰੱਬ ਨੂੰ ਚੰਗਾ ਲੱਗਦਾ ਉਹ ਹੀ ਹੁੰਦਾ ਹੈ। ਵਿਸ਼ਵਾਸ ਕਰਿਓ ਜੋ ਮੇਰੇ ਗੁਰੂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੰਗਾ ਲੱਗਦਾ ਅਸੀਂ ਉਹ ਕਰੀਏ, ਮੈਂ ਤੁਹਾਡੇ ਕੋਲ ਹੋਰ ਕੁਝ ਮੰਗਦਾ। ਹਰ ਉਹ ਫੈਸਲਾ ਮੰਨੋ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਿੱਤਾ, ਜੇ ਸਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਕੋਈ ਹੋਰ ਪਾਸੇ ਕਿਸੇ ਹੋਰ ਰਚਨਾ ਜਾਂ ਕਿਸੇ ਹੋਰ ਕੱਲ੍ਹ ਦੇ ਸਮਾਗਮ ਵਿੱਚ ਵੀ ਅਸਰ ਆਉਂਦਾ ਕੁਝ ਦਲੀਲਾਂ ਨਾਲ, ਤਾਂ ਸਾਨੂੰ ਫਰਜ਼ ਬਣਦਾ ਹੈ ਅਸੀਂ ਜਾਗ ਕੇ ਸੁਚੇਤ ਹੋ ਕੇ ਰੱਬ ਦਾ ਵਾਸਤਾ ਪਾ ਕੇ ਐਸੇ ਪੁਰਸ਼ਾਂ ਨੂੰ ਆਖੀਏ ਭਰਿਓ ਆਓ ਰੱਬ ਦੀ ਮੇਰੇ ਗੁਰੂ ਦੀ ਗੱਲ ਵਿੱਚ ਵਿਗੜਨਾ ਪੈਣਾ। ਸਤਿ ਸ਼੍ਰੀ ਅਕਾਲ। ਰਾਮ ਤੁਹਾਰੀ, ਰਾਮ ਸੱਚ ਰੂਪ ਹੋ ਕੇ ਬੋਲਣ ਲੱਗ ਪਿਆ, ਮੈਂ ਹੁਣ ਉਹਨੂੰ ਛੱਡ ਕੇ ਕਿਤੇ ਹੋਰ ਨਹੀਂ ਜਾ ਸਕਦਾ। ਜਾਏ
ਕੁੜੀਆਂ ਬੜੇ ਸਮੇਂ ਤੋਂ ਕੌਮ ਨਾਲ ਇਹ ਕੁਝ ਵਾਪਰ ਰਿਹਾ ਹੈ। ਬਹੁਤ ਸਾਰੀਆਂ ਚੀਜ਼ਾਂ ਗੁਰਬਾਣੀ ਬਣਾ ਕੇ ਵਿੱਚ ਪ੍ਰਵੇਸ਼ ਕਰ ਗਈਆਂ ਨੇ। ਬਹੁਤ ਸਾਰੀਆਂ ਤੁਕਾਣੇ ਮੰਦੇ ਕਮੀ ਨਾਨਕਾ ਜਦ ਕਦ ਮੰਦਾ ਹੋਇਆ, ਲਫ਼ਜ਼ ਬਾਣੀ ਦਾ ਨਹੀਂ, ਪ੍ਰਚਲਿਤ ਹੋ ਗਿਆ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਜਨ ਸਾਰੇ ਸਮਝਣ ਲੱਗ ਪੈਣ, ਖੋਰੇ ਇਹ ਗੁਰਬਾਣੀ ਦੀ ਲਾਈਨਾਂ ਨੇ। ਜਦੋਂ ਪ੍ਰਚਲਿਤ ਹੋ ਜਾਣਗੀਆਂ, ਚੰਗੀ ਤਰ੍ਹਾਂ ਕਰ ਜਾਣਗੀਆਂ, ਫਿਰ ਸਾਨੂੰ ਛੱਡੀਆਂ ਉਹ ਭਲੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਹੜੀ ਥੋੜ੍ਹਾ ਜਿਹੜੀ ਸਾਨੂੰ ਬਾਹਰੋਂ ਪਾਲਣੀ ਪੈਂਦੀ। ਅਸੀਂ ਇਹਦਾ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਸਮਝਦੇ ਹਾਂ ਵੀ ਕੋਈ ਗੱਲਾਂ ਸਾਨੂੰ ਬਾਹਰੋਂ ਵੀ ਲੋੜ ਹੈ। ਰੋਜ਼ ਪੜ੍ਹ ਰਹੇ ਹਾਂ ਗੁਰਪੂਰਾ ਮੇਰਾ ਗੁਰਪੂਰਾ, ਅਤੇ ਤਾਂ ਹੀ ਹੈ ਜੇ ਗੁਰਪੂਰਾ ਭੇਟਿਓ ਵਟ ਭਾਗੀ ਮਣੇ ਭਾਇਆ ਪਰਗਾਸਾ। ਗੁਰੂ ਬਖਸ਼ਿਸ਼ ਕਰੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪੂਰੇ ਗੁਰੂ ਹੋਣ ਦੀ ਮਹਾਨ ਵਡਿਆਈ ਅਤੇ ਗੌਰਵ ਹੋਵੇ, ਅਤੇ ਅਸੀਂ ਆਪਣਾ ਆਪ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮਰਪਣ ਕਰੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਕਲੀ ਮਹਲਾ ਤੀਜਾ ਅਨੰਦ ਕੀ ਓਂਕਾਰ ਸਤਿਗੁਰ ਪ੍ਰਸਾਦ।